ठिकरी बार्डर तो असी फिर एक बार लाइव होए हैं, क्योंकि असी अज तस्वीरां तुहानू सवेर दियां दिखा रहे हैं इस बार्डर के उत्तों। तो साढ़े नाल कुछ माता बनिया जो कि घर आ के इत्थे लंगर का समान कटते हुए सानू नज़र आए, असी जाते जाते रुक गए। तो मैं पहला माता जी नाल गल करूँगा भी ये किहड़ी जगह तो आए हैं। हाँ जी माता, असीं मोगे तो आए हैं। मोगे तो आए हैं, कितने दिन हो गए माता जी आए नूं? 5 दिन हो गए। ਬਿਲਾਂ ਬਾਰੇ ਅਸੀਂ ਆਪਦੇ ਬਿੱਲ ਲੈ ਕੇ ਮਾਂ ਫੋਨ ਕੇ ਫਿਰ ਜਾਵਾਂਗੇ। ਠੀਕ ਹੈ, ਹਾਂਜੀ। ਤੁਸੀਂ ਦੱਸੋ ਮਾਤਾ ਜੀ ਕੀ ਵਿਚਾਰ ਹੈ ਤੁਹਾਡੇ? ਸਾਡੇ ਤਾਂ ਇਹੀ ਵਿਚਾਰ ਹੈ ਜੀ ਵੀ ਜਿਹੜੇ ਬਿੱਲ ਪਾਸ ਕੀਤੇ ਆ ਇਹਨਾਂ ਨੇ ਮਾਫ਼ ਕਰ ਦੇਣ, ਫਿਰ ਜਾਵਾਂਗੇ ਅਸੀਂ ਮੋਢਾ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀਆਂ, ਆਪਦੇ ਭਰਾਵਾਂ ਨਾਲ ਖੜੀਆਂ, ਆਪਦੇ ਆਦਮੀਆਂ ਨਾਲ ਖੜੀਆਂ। ਹਾਂਜੀ, ਕਿਉਂਕਿ ਹੁਣ ਕਿਸਾਨੀ ਦਾ ਜਿਹੜਾ ਮੁੱਦਾ ਹੈ ਇਹ ਇੱਕ ਆਲ ਇੰਡੀਆ ਦਾ ਮੁੱਦਾ ਹੋ ਚੁੱਕਿਆ, ਜਿਹੜਾ ਇਹ ਹੁਣ ਪਹਿਲਾਂ ਇੱਕ ਪੰਜਾਬ ਦਾ ਸੀ ਪਰ ਹੁਣ ਪੰਜਾਬ ਤੋਂ ਉੱਠ ਕੇ ਜਿਹੜਾ ਇਹ ਅੰਦੋਲਨ ਆ ਜਿਹੜਾ ਦਿੱਲੀ ਬਾਰਡਰਾਂ 'ਤੇ ਆ ਪਹੁੰਚਿਆ, ਕਿਉਂਕਿ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਜਿਹੜੀਆਂ ਸਿੰਘੂ ਬਾਰਡਰ ਦੀਆਂ ਦਿਖਾਈਆਂ ਅਤੇ ਅੱਜ ਤੁਹਾਨੂੰ ਅਸੀਂ ਠਿਕਰੀ ਬਾਰਡਰ ਤੋਂ ਜਿਹੜਾ ਲਾਈਵ ਹੋਏ ਹੋਏ ਹਾਂ। ਅਤੇ ਇੱਥੇ ਕੁਛ ਕਿਸਾਨ ਸਾਡੇ ਆਗੂਆਂ, ਮੈਂ ਬੇਨਤੀ ਕਰੂੰਗਾ ਸੰਜੀਵ ਰਾਣਾ ਜੀ ਨੂੰ ਵੀ ਉਹਨਾਂ ਨੂੰ ਦਿਖਾਉਣ, ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕਿੰਨੇ ਦਿਨਾਂ ਤੋਂ ਇੱਥੇ ਇਸ ਬਾਰਡਰ ਦੇ ਉੱਤੇ ਸਾਡੇ ਬਾਪੂ ਜੀ ਬੈਠੇ ਨੇ ਜਿਹੜੇ ਕਿਸਾਨ ਆਗੂ ਨੇ, ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਬਾਪੂ ਜੀ ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਜੋਗਲਾ ਮੋਗੇ ਜ਼ਿਲ੍ਹੇ ਦੇ ਵਿੱਚ ਜੀ, ਬਲਾਕ ਦਾ ਪ੍ਰਧਾਨ ਹਾਂ ਜੀ। ਅਤੇ ਅਸੀਂ ਇਹ 25 ਤਰੀਕ ਦੇ ਉੱਥੋਂ ਚੱਲੇ ਹੋਏ ਹਾਂ, ਇੱਥੇ 27 ਤਰੀਕ ਨੂੰ ਪਹੁੰਚੀ ਹੋਇਆ ਗਏ, 27 ਨੂੰ ਪਹੁੰਚੇ 27 ਇਹ ਬਾਰਡਰ 'ਤੇ। ਰਾਹ 'ਚ ਪਛਾੜਾਂ ਵੀ ਸਾਡੇ 'ਤੇ ਬਹੁਤ ਪਈਆਂ ਅਤੇ ਅੱਥਰੂ ਧੂਏ ਵੀ ਸਾਡੇ 'ਤੇ ਬਹੁਤ ਪਏ ਹੋਏ ਆ। ਸਭ ਤੋਂ ਟਰੈਕ ਸਾਡਾ ਮੂਹਰੇ ਹੋਇਆ ਸੀਗਾ ਜੀ, ਸਰਕਾਰਾਂ ਵੱਲੋਂ ਕਾਫੀ ਅਟੈਕ ਕਰਨ ਤੋਂ ਬਾਅਦ ਉਹਨੂੰ ਅਟੈਕ ਨੂੰ ਕੱਟਦੇ ਹੋਏ ਤੁਸੀਂ? ਹਾਂ, ਅਟੈਕ ਨੂੰ ਕੱਟਦੇ ਕੁਝ ਤੁਰੇ ਆਏ ਜੀ। ਠੀਕ ਹੈ, ਅਤੇ ਹੁਣ ਇੱਥੇ ਆਪਾਂ ਕੀ ਕਹਿੰਦਾ ਦਿੱਕਤਾਂ ਆ ਰਹੀਆਂ ਇਸ ਟਾਈਮ? ਦਿੱਕਤ ਜਿਹੜੀ ਮਾੜਾ ਮੋਟਾ ਕਦੇ ਆਉਂਦੀ, ਐਡੀ ਖਾਸ ਨਹੀਂ ਗੀ, ਜਾਂ ਤਾਂ ਹੁਣ ਹੌਲੀ ਸਭ ਕੁਛ ਪੂਰਾ ਹੋ ਰਿਹਾ। ਪੂਰਾ ਹੋ ਰਿਹਾ? ਹਾਂਜੀ, ਪਹਿਲਾਂ ਬਹੁਤ ਦਿੱਕਤਾਂ ਸੀਗੀਆਂ। ਠੀਕ ਹੈ, ਜਿਵੇਂ ਜਿਵੇਂ ਕਦੇ ਪਰਿਵਾਰ ਵੱਧ ਜਾਂਦਾ ਇਹ ਸਾਂਝਾ ਪਰਿਵਾਰ ਹੋ ਜਾਂਦਾ ਨਾ ਜੀ। ਹਾਂਜੀ ਹਾਂਜੀ, ਜਿਹਦੇ ਕੰਨੇ 'ਤੇ ਪੈਂਦੇ ਉਸ ਨੂੰ ਪਤਾ ਹੁੰਦਾ ਵੀ ਪਰਿਵਾਰ ਕਿਵੇਂ ਚਲਾਉਣਾ, ਉਹ ਚੀਜ਼ ਦੀ ਸਮੱਸਿਆ ਆਉਂਦੀ ਆ। ਜੇ ਸਰਕਾਰਾਂ ਬਿੱਲ ਆਪਣੇ ਨਹੀਂ ਮਾਫ਼ ਕਰਦੀਆਂ, ਆਪਣਾ ਅਗਲਾ ਐਕਸ਼ਨ ਕੀ ਹੋਣਾ ਚਾਹੀਦਾ? ਅਸੀਂ ਤਾਂ ਇੱਥੇ ਰਹਿਣਾ। ਠੀਕ ਹੈ, ਕੋਈ ਡੇਰੇ ਲਗਾ ਲਏ ਬਾਰਡਰ 'ਤੇ? ਇਹ ਸਨ 82 ਤੋਂ ਪਹਿਲਾਂ ਸਾਡਾ ਬਜ਼ੁਰਗ ਚੱਲਿਆ ਸੀ ਜਥੇਬੰਦੀਆਂ ਚੱਲੇ। ਠੀਕ ਹੈ ਜੀ, 5 ਸਾਲ ਹੋ ਗਏ ਮੈਨੂੰ ਵੀ ਇਸ ਜਥੇਬੰਦੀਆਂ ਤੁਰਦਿਆਂ ਨੂੰ। ਸਾਡਾ ਤਾਂ ਪਹਿਲੇ ਦਿਨ ਤੋਂ ਹੀ ਲੜਾਈ ਲੜਨਾ ਸਿੱਖੇ ਹੋਏ ਹਾਂ, ਇਹੋ ਜਿਹੀ ਗੱਲ ਨਹੀਂ ਕੋਈ ਵੀ ਇੱਥੋਂ ਚਲੇ ਜਾਵਾਂਗੇ, ਚਲੇ ਜਾਣ ਵਾਲੀ ਤਾਂ ਗੱਲ ਹੀ ਖੜੀ ਇੱਥੋਂ। ਕਹਿੰਦਾ ਕਿਸਾਨਾਂ ਨੇ ਹੁਣ ਕਹਿੰਦਾ ਬਾਈ ਇੱਕ ਮਨ ਦੇ ਵਿੱਚ ਇੱਕ ਧਾਰ ਲਿਆ ਵੀ ਬਿੱਲ ਅਸੀਂ ਜਿਹੜੇ ਤਿੰਨੋਂ ਬਿੱਲਾਂ ਜਿਹੜੇ ਕੈਂਸਲ ਕਰਾ ਕੇ ਇੱਥੇ ਤੋਂ ਉੱਠਾਂਗੇ, ਨਹੀਂ ਇਹ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਇਸ ਬਾਰਡਰ ਨੂੰ ਖਾਲੀ ਨਹੀਂ ਕਰਨਾ ਅਤੇ ਅਸੀਂ ਇੱਥੇ ਡਟੇ ਹੋਏ ਹਾਂ। ਸ਼ਾਂਤੀ ਨਾਲ ਇਹ ਜਿਹੜਾ ਧਰਨਾ ਪੂਰਾ 3 ਮਹੀਨੇ ਤੋਂ ਪੰਜਾਬ ਤੋਂ ਉੱਠ ਕੇ ਬਾਰਡਰਾਂ ਦੇ ਉੱਤੇ ਪਹੁੰਚਿਆ ਹੋਇਆ ਅਤੇ 1 ਮਹੀਨੇ ਤੋਂ ਵੱਧ ਦਾ ਸਮਾਂ ਬਾਰਡਰਾਂ 'ਤੇ ਹੋ ਚੁੱਕਿਆ ਕਿਸਾਨ ਵੀਰਾਂ ਨੂੰ, ਕਿਉਂਕਿ ਇਹ ਜਿਹੜੇ ਬਿੱਲਾਂ ਕਿਸਾਨ ਕਹਿੰਦੇ ਵੀ ਅਸੀਂ ਇਹਨਾਂ ਨੂੰ ਕੈਂਸਲ ਕਰਾਏ ਬਿਨਾਂ ਨਹੀਂ ਜਾਣਾ, ਅਤੇ ਹੁਣ ਸੋਚਣਾ ਹੋਵੇਗਾ 4 ਤਰੀਕ ਦੀ ਮੀਟਿੰਗ 'ਚ ਕੀ ਬਣਦਾ।